गुरु ग्रंथ साहब की हजूरी विच किदां एक प्रचारक इहो जी गंदी बोली बोल सकदा जिहनूं जिहनूं बिल्कुल भी एक्सेप्टेबल नहीं कहा जा सकता एक प्रचारक होण दे नाते गुरु ग्रंथ साहब की हजूरी विच किसे नूं गंदा बीज कहना किसे नूं इदां दी रेफरेंसिस दे के इहो जी गल करनी जन्मदिन सीगा ते उन्हां ने जी इदां असी कट्ठे हो के फोटो खिचा के ते फेसबुक ते पाती इहदे विच नोट करन वाली गल इह है जी ना उहदे विच रणजीत सिंह दा टड्डरियां वाले दा नां लिखिया गया मजबूर होके इन्हे गल बिलकुल निंदक योग शब्दावली वरती है जी भाई रणजीत सिंह हर बारी यही वचन हुंदा भी 100 मास्टर पढ़ाउंदा होवे तां इक बच्चा पढ़दा होवे किदां लगूगा हां जी ਬਈ ਇੱਕ ਮਾਸਟਰ ਪੜਾਵੇ 100 ਬੱਚਾ ਪੜੇ ਉਹ ਜਿਆਦਾ ਵਧੀਆ ਲੱਗਦਾ ਠੀਕ ਹੈ ਗੱਲ ਇਹ ਵੀ ਸੋਚਣ ਵਾਲੀ ਆ ਵੀ ਜੇ ਆਪਣੇ 10 ਸ਼੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਪਾਠ ਇਕੱਠੇ ਚੱਲਦੇ ਵੀ ਆ ਹਾਂਜੀ ਮੇਨ ਤਾਂ ਇੱਕ ਪਾਠੀ ਸਿੰਘ ਮਾਈਕ ਵਿੱਚ ਆਵਾਜ਼ ਦੇ ਕੇ ਪਾਠ ਕਰ ਰਿਹਾ ਹੁੰਦਾ ਜੀ ਠੀਕ ਹੈ ਉਹ ਦਸੇ ਤਾਂ ਨਹੀਂ ਬੋਲਦੇ ਹੁੰਦੇ ਇਕੱਠੇ ਵੀ ਜਿਹੜੇ ਮੋਹਰੇ ਬੈਠੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਜਮਾਤੀ ਤੌਰ ਤੇ ਹਮਲ ਹੋਇਆ ਤਾਂ ਵੀ ਸਹੀ ਆ ਕਿਉਂਕਿ ਨੇ ਟਕਸਾਲ ਦੀ ਦਸਤਾਰ ਨੂੰ ਟਕਸਾਲ ਦੀ ਦਸਤਾਰ ਪ੍ਰਤੀ ਨੇ ਉਂਗਲੀ ਉਠਾਈ ਸੀਗੀ ਤੇ ਦੂਜਾ ਜਿਹੜਾ ਨਿੱਜੀ ਤੌਰ ਤੇ ਬਾਬੇ ਹਰਨਾਮ ਸਿੰਘ ਤੇ ਆ ਦੋਸ਼ ਉਠਾਏ ਸੀਗੇ ਤੇ ਉਸ ਬਾਤ ਤੋਂ ਵੀ ਹਮਲ ਹੋਇਆ ਤਾਂ ਵੀ ਸਹੀ ਆ ਨਹੀਂ ਤਾਂ ਕਾਨੂੰਨ ਸਾਡੀਆਂ ਉੱਚ ਹਾਕੀਆਂ ਨੂੰ ਜਾਣਾ ਕਰਨਾ ਉੱਠ ਕੇ ਆਪ ਸ਼ਬਦ ਬੋਲਣ ਲੱਗ ਜਾਵੇ ਬਾਬਾ ਜੀ ਇੱਕ ਰੋਲ ਮਾਡਲ ਬਣ ਜਾਂਦਾ ਬੰਦਾ ਜਦੋਂ ਸਟੇਜ ਤੇ ਬਹਿ ਕੇ ਕੋਈ ਗੱਲ ਕਰਦਾ ਠੀਕ ਹੈ ਜਿਹੜੀ ਸਟੇਜ ਤੋਂ ਜਾਂ ਪਬਲਿਕ ਦੇ ਵਿੱਚ ਭਾਵੇਂ ਸੋਸ਼ਲ ਮੀਡੀਆ ਰਾਹੀਂ ਜੇ ਕੋਈ ਗੱਲ ਜਾਣੀ ਉਹ ਸ਼ਬਦ ਤੁਹਾਡਾ ਐਸਾ ਹੋਣਾ ਚਾਹੀਦਾ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਵੀ ਸਾਡੇ ਉਸ ਸ਼ਬਦ ਦੇ ਸਾਹਮਣੇ ਪ੍ਰਭਾਵ ਕੀ ਪੈ ਰਿਹਾ ਜੀ ਇਹ ਕਮੈਂਟਾਂ ਦੇ ਵਿੱਚ ਇਹਨਾਂ ਦੇ ਬਹੁਤ ਸੇਵਾਦਾਰ ਬਹਿਰਸ ਦੇ ਹੀ ਰਹਿੰਦੇ ਆ ਤੇ ਮੈਂ ਕਈਆਂ ਨੂੰ ਬੇਨਤੀ ਕਰਦਾ ਹੁੰਦਾ ਵੀ ਕੋਈ ਗੁਰਬਾਣੀ ਦੇ ਉੱਤੇ ਮੇਰੇ ਨਾਲ ਵਿਚਾਰ ਕਰੋ ਇਹ ਕਿੱਥੋਂ ਦੀ ਇਹਦੇ ਵਿੱਚ ਇਹ ਗੁਰਮਤ ਹੈ ਜਾਂ ਕਿੱਥੋਂ ਦਾ ਇਹ ਜੋ ਲੋਕਾਂ ਦੇ ਵਿੱਚ ਤੇ ਕਹਿੰਦਾ ਕਿ ਅਸੀਂ ਆਪਣੇ ਜੀ ਐਕਸ਼ਨਸ ਲਈ ਬੱਚਾ ਆਪਣਾ ਆਪ ਜ਼ਿੰਮੇਵਾਰ ਹੈ ਉਹਦੇ ਮਾਂ ਪਿਓ ਨੂੰ ਵਿੱਚ ਨਾ ਖਿੱਚੋ ਪਰ ਜਦੋਂ ਇਹਦੇ ਆਪਣੇ ਤੇ ਗੱਲ ਆਉਂਦੀ ਆ ਉਦੋਂ ਜੇ ਮੈਂ ਕੋਈ ਗੱਲ ਕਰਦਾ ਪਿਆ ਤੂੰ ਮੇਰੀ ਗੱਲ ਕਰਕੇ ਮੇਰੇ ਪਿਤਾ ਜੀ ਨੂੰ ਕਿਉਂ ਬੋਲਦਾ ਪਿਆ ਤੇ ਬਾਣੀ ਦੇ ਵਿੱਚ ਇੱਕ ਕਥਨ ਮਹਾਰਾਜ ਜੀ ਦਾ ਹੈ ਅਰੜ ਆਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਠੀਕ ਹੈ ਬਈ ਜਿਹੜਾ ਨਿੰਦਕ ਬੰਦਾ ਉਹ ਬਰੜਾਉਂਦਾ ਉਹ ਉਹਦੇ ਅੰਦਰੋਂ ਜ਼ਹਿਰ ਹੀ ਨਿਕਲਦੀ ਹੈ ਜਦੋਂ ਬੰਦਾ ਆਪ ਗਲਤ ਹੋਵੇ ਸੋ ਮੈਂ ਇਹ ਕਹਿੰਦਾ ਵੀ ਭੱਤੀ ਸ਼ਬਦਾਵਲੀ ਬੋਲਣ ਦੀ ਬਜਾਏ ਜਦਕਿ ਜਿਹੜਾ ਪਰਮੇਸ਼ਰ ਦੁਆਰ ਅਸਥਾਨ ਬਣਿਆ ਬਾਬਾ ਜੀ ਇਹਦੇ 'ਚ ਕੋਈ ਦੋ ਰਾਏ ਨਹੀਂ ਗੀ ਕਿ ਜਿਹੜਾ ਪਰਮੇਸ਼ਰ ਦੁਆਰ ਅਸਥਾਨ ਦਾ ਨਕਸ਼ਾ ਆ ਉਹ ਬਾਬਾ ਗੁਰਪ੍ਰੀਤ ਸਿੰਘ ਭਾਈ ਹਰਪ੍ਰੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਆ ਬਾਬਾ ਸਰੂਪ ਸਿੰਘ ਜੀ ਦੇ ਗੁਰਦੁਆਰਾ ਸੰਤ ਸਰ ਸਾਹਿਬ ਜਿਹੜਾ ਤਿਆਰ ਕੀਤਾ ਉੱਥੇ ਦਾ ਨਕਸ਼ਾ ਤਾਂ ਇਹ ਲੈ ਕੇ ਗਏ ਆ ਕੇ ਅੱਛਾ ਜੀ ਜਿਹੜਾ ਪਰਮੇਸ਼ਰ ਦੁਆਰ ਦਾ ਇਸ ਟਾਈਮ ਨਕਸ਼ਾ ਆ ਉਹ ਸੰਤ ਸਰ ਗੁਰਦੁਆਰਾ ਸਾਹਿਬ ਵਾਲਾ ਨਕਸ਼ਾ ਆ ਜੀ ਭੁਪਿੰਦਰ ਸਿੰਘ ਦੀ ਗੋਲੀ ਵੱਜੀ ਉਹ ਤੁਹਾਡੇ ਸਿਆਰਿਆਂ ਚੋਂ ਨਿਕਲੀ ਉਸ ਗੋਲੀ ਨਾਲ ਮੌਤ ਨਹੀਂ ਹੋਈ ਠੀਕ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਢੱਡਰੀਆਂ ਵਾਲੇ ਨੂੰ ਕਿਹਾ ਸੀਗਾ ਵੀ ਬਾਬਾ ਜੀ ਜੇ ਤੁਸੀਂ ਚਾਹੁੰਦੇ ਆ ਵੀ ਅਸੀਂ ਕਾਰਵਾਈ ਕੇਸ ਨੂੰ ਅੱਗੇ ਲੈ ਕੇ ਜਾਈਏ ਤਾਂ ਜਿਹੜਾ ਤੁਹਾਡਾ ਲਸਾਂਸੀ ਹਥਿਆਰ ਆ ਜਿਹੜੇ ਤੁਹਾਡੇ ਨਾਲ ਦੀ ਸਿੰਘ ਕੋਲ ਆ ਉਹ ਸਾਨੂੰ ਦਵੋ ਉਹ ਅਸੀਂ ਚੈੱਕ ਕਰਨਾ ਆ ਠੀਕ ਹੈ ਉਹ ਜਿਹੜਾ ਲਸਾਂਸੀ ਆ ਉਹ ਹਥਿਆਰ ਢੱਡਰੀਆਂ ਨੇ ਅੱਜ ਤੱਕ ਦਿੱਤਾ ਨਹੀਂ ਜੇ ਅਸੀਂ ਫਰੂਟੀ ਪਾਤੀ ਇਹਨਾਂ ਨੂੰ ਇੰਨੀਆਂ ਮਿਰਚਾਂ ਲੱਗੀਆਂ ਇਹਨਾਂ ਦੇ ਬੰਦੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਨੂੰ ਐਡਿਟ ਕਰ ਕਰਕੇ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ ਇਹਨਾਂ ਨੂੰ ਉਦੋਂ ਕਿਉਂ ਨਹੀਂ ਮਿਰਚਾਂ ਲੱਗਦੀਆਂ ਸਾਨੂੰ ਉਦੋਂ ਬੁਰਾ ਲੱਗਦਾ ਠੀਕ ਹੈ ਤੇ ਜੇ ਇਹਨਾਂ ਦੇ ਉਹ ਸ਼ਹੀਦ ਕੁਛ ਨਹੀਂ ਲੱਗਦੇ ਤੇ ਸਾਡਾ ਭੁਪਿੰਦਰ ਸਿੰਘ ਕੱਖ ਨਹੀਂ ਲੱਗਦਾ ਅਸੀਂ ਉਹਨਾਂ ਨੂੰ ਕੁਝ ਜਾਣਦੇ ਜੇ ਇਹ ਸੰਤਾਂ ਦਾ ਨਰਾਦਰ ਕਰਨਗੇ ਤੇ ਸਾਡੇ ਲਈ ਭੁਪਿੰਦਰ ਸਿੰਘ ਕੀ ਹੈ ਜੀ ਇਹਦੇ ਵਿੱਚ ਲੜੀਆਂ ਦੀ ਜਿੱਥੋਂ ਤੱਕ ਗੱਲ ਹੈ ਜੀ ਲੜੀਆਂ ਦਾ ਇੱਕ ਪਾਰਟਿਕੂਲਰ ਕਨਸੈਪਟ ਹੈ ਕਨਸੈਪਟ ਇਦਾਂ ਹੈ ਕਿ ਜਿਵੇਂ ਹੁਣ ਜੇ 1000 ਪਰਿਵਾਰ ਜੇ ਉਹਨਾਂ ਦਾ ਕੋਈ ਮਨ ਦੀ ਇੱਛਾ ਹੁੰਦੀ ਹੈ ਕਿ ਆਪਾਂ ਇੱਕ ਪਰਟੀਕੂਲਰ ਸਥਾਨ ਤੇ ਇੱਕ ਪਰਟੀਕੂਲਰ ਦਿਨ ਜਿਵੇਂ ਕੋਈ ਵਿਸਾਖੀ ਦਾ ਦਿਨ ਹੋ ਗਿਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਜੇ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਅਸੀਂ ਇਕੱਠੇ ਪਾਠ ਰਖਾ ਕੇ ਅਸੀਂ ਸਾਰਿਆਂ ਨੇ ਆਪਣੇ ਵੱਲੋਂ ਪਾਠ ਰਖਾਉਣਾ ਫਿਰ ਉਹ ਜਿਹੜੇ ਪਾਠ ਆ ਉਹ ਇਕੱਠੇ ਰੱਖ ਦਿੱਤੇ ਜਾਂਦੇ ਲੜੀਆਂ ਦਾ ਕਨਸੈਪਟ ਹੈ ਇਹਦੇ ਪਿੱਛੇ ਸਾਡੀ ਸ਼ਰਧਾ ਇਹ ਹੈ ਜੀ ਕਿ ਬਾਣੀ ਦਾ ਜਾਪ ਜਿੰਨਾ ਹੋ ਜੇ ਓਨਾ ਹੀ ਵਧੀਆ ਹੁਣ ਇਸ ਦੇ ਵਿੱਚ ਨਾ ਜੀ ਇੱਥੇ ਗੱਲ ਇਹ ਹੈ ਕਿ ਇਹ ਰਣਜੀਤ ਸਿੰਘ ਢੱਡਰੀਆਂ ਵਾਲਾ ਸੰਗਤ ਨੂੰ ਗਲਤ ਗੁੰਮਰਾਹ ਕਰਦਾ ਆ ਮੈਂ ਕੱਲ ਵੀ ਲਾਈਵ ਵੀਡੀਓ ਪਾਈ ਸੀ ਉਹਦੇ ਵਿੱਚ ਜਿੱਥੇ ਜਿੱਥੇ ਸਾਡੀ ਸੰਸਥਾ ਗੁਰਦੁਆਰਾ ਸੰਸਰ ਸਾਹਿਬ ਵੱਲੋਂ
ਲੜੀਆਂ ਕਰਾਈਆਂ ਜਾਂਦੀਆਂ ਨੇ। ਮੈਂ ਉਹਨਾਂ ਪਿੰਡਾਂ ਦਾ ਐਡਰੈਸ ਦਿੱਤਾ ਸੀਗਾ, ਮੈਂ ਹੁਣ ਇੱਕ ਵਾਰ ਦੁਬਾਰਾ ਦੱਸ ਦਿੰਨਾ ਤਾਂ ਕਿ ਇਹਦੇ ਜਿਹੜੇ ਚੇਲੜ ਬਾਲਕੇ ਨੇ ਉਹ ਵੀ ਸੁਣ ਲੈਣ। ਬਾਬਾ ਜੀ ਮੈਂ ਕਰ ਰਿਹਾ ਵੀ ਜਦੋਂ ਭਾਵਨਾ ਹੀ ਨਹੀਂ ਰਹੂਗੀ, ਮੈਨੂੰ ਤਾਂ ਇੱਥੇ ਤੱਕ ਲੱਗਦਾ ਵੀ ਸਾਡੇ ਅੰਦਰੋਂ ਜਿਹੜੀ ਸ਼ਰਧਾ ਤੇ ਭਾਵਨਾ ਗੁਰੂ ਸਾਹਿਬ ਦੇ ਪ੍ਰਤੀ ਆ, ਜਦੋਂ ਉਹ ਖਤਮ ਹੋ ਜਾਊਗੀ ਸਾਡਾ ਗੁਰੂ ਸਾਹਿਬ ਨਾਲੋਂ ਪਿਆਰ ਵੀ ਟੁੱਟ ਜਾਊਗਾ। ਹਾਂਜੀ, ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਜਾਂ ਗੁਰੂ ਸਾਹਿਬ ਦੇ ਸਰੂਪ ਦੇ ਉੱਤੇ ਸ਼ੰਕਾ ਨਹੀਂ। ਹਾਂ, ਜਿਹੜਾ ਬੰਦਾ ਮਾੜਾ ਆ ਉਹ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ, ਪਰ ਪਹਿਲਾਂ ਉਹਦਾ ਪੂਰਾ ਪਿਛੋਕੜ ਦੇਖ ਕੇ। ਠੀਕ ਹੈ। ਮੈਂ ਭਾਈ ਸਾਹਿਬ ਰਣਜੀਤ ਸਿੰਘ ਹੋਣਾ ਨੂੰ ਇਹ ਨਹੀਂ ਵੀ ਮੈਂ ਸੁਣਦਾ ਨਹੀਂ, ਮੈਂ ਜਦੋਂ ਤੋਂ ਇਹ ਪ੍ਰਚਾਰ ਕਰਦੇ ਆ ਉਦੋਂ ਤੋਂ ਸੁਣਦਾ ਸੀ, ਅੱਜ ਵੀ ਸੁਣਦਾ, ਮੈਂ ਬਾਕੀਆਂ ਨੂੰ ਵੀ ਸੁਣਦਾ। ਮੇਰੀ ਇਹ ਨਹੀਂ ਵੀ ਇੱਕ ਪਾਸੇ ਸੁਣੀ ਚੱਲੋ। ਠੀਕ ਹੈ। ਜਦੋਂ ਦੋਨੇ ਪਾਸੇ ਤੁਸੀਂ ਸੁਣੋਗੇ ਤੁਹਾਨੂੰ ਬੈਲੈਂਸ ਪਤਾ ਲੱਗਦਾ ਵੀ ਫਿਰ ਗੁਰਮਤ ਅਨੁਸਾਰ ਕੀ ਗੱਲ ਹੋ ਰਹੀ ਤੇ ਕ੍ਰੋਧ ਵਿੱਚ ਕੀ ਗੱਲ ਹੋ ਰਹੀ ਹੈ। ਇਹਨਾਂ ਦਾ ਪ੍ਰਚਾਰ ਬੜਾ ਨੌਜਵਾਨ ਵੀਰਾਂ ਨੇ ਸੁਣਿਆ, ਬੜਾ ਤਕਰੀਬਨ ਚਾਅ ਹੁੰਦਾ ਸੀ ਸਾਰੇ ਪਿੰਡਾਂ ਦੇ ਵਿੱਚ ਵੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਸੰਤ ਬਾਬਾ ਰਣਜੀਤ ਸਿੰਘ ਜੀ ਆ ਰਹੇ ਆ। ਠੀਕ ਹੈ। ਪਰ ਮੈਂ ਇੱਕ ਬੇਨਤੀ ਜ਼ਰੂਰੀ ਸਮਝਦਾ ਵੀ ਜਿਹੜਾ ਨਿੱਜੀ ਦੁਸ਼ਮਣੀ ਜੇ ਤੁਹਾਡੀ ਕਿਸੇ ਨਾਲ ਹੋਵੇ ਉਹਨੂੰ ਪੰਥ ਦੇ ਪ੍ਰਤੀ ਕਰਕੇ ਨਾ ਕੱਢਿਆ ਜਾਵੇ, ਲੋਕਾਂ ਨੂੰ ਪੰਥ ਪ੍ਰਤੀ ਗੁੰਮਰਾਹ ਨਾ ਕੀਤਾ ਜਾਵੇ। ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਤੂੰ ਜਿੰਨਾ ਮਰਜ਼ੀ, ਸਾਡੇ ਪਿਤਾ ਜੀ ਨੇ ਇਹਦੇ ਬਾਰੇ ਕਦੀ ਗਲਤ ਨਹੀਂ ਸੀ ਬੋਲਿਆ, ਪਰ ਇਹਨੇ ਇਹ ਗਲਤ ਬੋਲਣ ਦੀ ਜਿਹੜੀ ਲੜੀ ਇਹਨੇ ਅੱਜ ਤੀਜੀ ਚੌਥੀ ਵਾਰ ਸਾਡੇ ਪਿਤਾ ਜੀ ਦਾ ਨਾਂ ਲੈ ਕੇ ਤੇ ਬੋਲਿਆ ਆ। ਜੇ ਮੈਂ ਕੋਈ ਗੱਲ ਬੋਲ ਰਿਹਾ ਉਹਦੇ ਲਈ ਮੈਂ ਜ਼ਿੰਮੇਵਾਰ ਹਾਂ, ਤੂੰ ਮੇਰੀ ਗੱਲ ਕਰ, ਮੇਰਾ ਨਾਮ ਲੈ ਕੇ ਗੱਲ ਕਰ, ਮੈਂ ਤੈਨੂੰ ਜਵਾਬ ਦੇ ਰਿਹਾ ਆ। ਸਿੱਖ ਪ੍ਰਚਾਰਕ ਵਾਸਤੇ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਆਪਣੇ ਬੋਲ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂਜੀ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਠੀਕ ਹੈ। ਬੋਲ ਨਾ ਜਾਣੇ ਪੂਰਨ ਭਗਵਾਨੇ, ਕਹਿੰਦੇ ਜਿਹੜਾ ਅਕਾਲ ਪੁਰਖ ਪਰਮੇਸ਼ਰ ਆ ਉਹ ਤੇ ਆਪ ਵੀ ਮਿੱਠਾ ਬੋਲਦਾ ਤੇ ਉਹ ਮਿੱਠੀ ਬੋਲੀ ਸਮਝਦਾ। ਹਾਂਜੀ। ਇਹਨਾਂ ਤੋਂ ਬਿਨਾਂ, ਭਾਈ ਰਣਜੀਤ ਸਿੰਘ ਹੋਣਾ ਤੋਂ ਬਿਨਾਂ ਕੋਈ ਵੀ ਪ੍ਰਚਾਰਕ ਮੈਂ ਐਸਾ ਨਹੀਂ ਦੇਖਿਆ ਜਿਹੜਾ ਏਦਾਂ ਦੀ ਸ਼ਬਦਾਵਲੀ ਕਿਸੇ ਲਈ ਜਾਂ ਭਾਈ ਸਾਹਿਬ ਲਈ ਸਟੇਜ ਤੋਂ ਕੋਈ ਵਰਤਦਾ ਹੋਵੇ। ਠੀਕ ਹੈ। ਦੂਜੀ ਗੱਲ ਰਹੀ ਬਈ ਜਿਹੜਾ ਇਹਨਾਂ ਨੇ ਭੱਦੀ ਸ਼ਬਦਾਵਲੀ ਬੋਲੀ ਹੈ ਜੀ, ਉਹ ਤਾਂ ਜੋ ਵਸਤ ਪਾਵੇ ਵਿੱਚ ਭਾਂਡੇ, ਮੈਂ ਤੇ ਇਹ ਸੁਣ ਕੇ ਇਹੀ ਇਹਦਾ ਕੀ ਨਿਚੋੜ ਕੱਢੂੰਗਾ ਵੀ ਜੇ ਅੰਦਰ ਆਪਣੀ ਈਰਖਾ ਆ ਤੇ ਸਾਡੇ ਮੁੱਖ ਤੋਂ ਵੀ ਈਰਖਾ ਹੀ ਬਾਹਰ ਆਊਗੀ। ਅਖੰਡ ਪਾਠ ਸਾਹਿਬ ਕਰਨਾ ਪਖੰਡਿਆ ਜਾਂ ਕਰਾਉਣਾ ਪਖੰਡਿਆ, ਸਾਨੂੰ ਇਹ ਸੋਚਣਾ ਚਾਹੀਦਾ ਵੀ ਹੈ ਤਾਂ ਅਕਾਲ ਪੁਰਖ ਦੀ ਬਾਣੀ ਦਾ ਜਾਪ ਹੋ ਰਿਹਾ ਨਾ, ਉਹਨੂੰ ਆਪਾਂ ਪਖੰਡ ਦੱਸ ਰਹੇ। ਸੋਲਿਊਸ਼ਨ ਤਾਂ ਜੀ ਦੇਖੋ, ਸੋਲਿਊਸ਼ਨ ਉੱਥੇ ਹੀ ਹੁੰਦਾ ਜਿੱਥੇ ਪ੍ਰੋਬਲਮ ਹੁੰਦੀ ਹੈ। ਪ੍ਰੋਬਲਮ ਤਾਂ ਭਾਈ ਰਣਜੀਤ ਸਿੰਘ ਦੀ ਬੋਲੀ ਹੈ ਜੀ। ਠੀਕ ਹੈ। ਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੀ ਬੋਲੀ ਸੈੱਟ ਕਰ ਲਏ ਤੇ ਸੋਲਿਊਸ਼ਨ ਤੇ ਉਹਦੇ ਵਿੱਚ ਹੀ ਹੈ ਨਾ ਜੀ। ਜੇ ਕਹੇ ਕਿ ਮੈਂ ਆਪਣੀ ਬੋਲੀ ਸੁਧਾਰਨੀ ਨੀ, ਮੈਂ ਸਾਰਿਆਂ ਦੇ ਅੱਗੇ ਜੱਜ ਬਣ ਕੇ ਬੈਠਾਂਗਾ, ਮੈਂ ਸਾਰਿਆਂ ਦੀ ਗਲਤੀ ਕੱਢਾਂਗਾ, ਤੇ ਜੇ ਮੈਂ ਅਗਲਾ ਬੰਦਾ ਮਾੜਾ ਜਿਹਾ ਵੀ ਕੁਝ ਬੋਲੂਗਾ ਤੇ ਮੈਂ ਉਦੋਂ ਬਹੁਤ ਨੀਚ ਪੱਧਰ ਤੇ ਆ ਕੇ ਉਹਦੇ ਤੇ ਮੈਂ ਬਿਆਨਬਾਜ਼ੀ ਕਰਾਂਗਾ, ਤੇ ਫਿਰ ਉਹਦੇ ਵਿੱਚ ਕੋਈ ਵੀ ਸੋਲਿਊਸ਼ਨ ਨਹੀਂ ਲੱਭਿਆ ਜਾ ਸਕਦਾ ਜੀ।